जिस तरह आप जी नूं पहला भी जानकारी दी गई है, भाई गुरबख्श सिंह जी खालसा जो कि इंडिया गुरद्वारा लखनौर साहब विखे पिछले 50 दिनों तो भुख हड़ताल वास्ते बैठे हैं, भाई साहब जी आशा है कि वह सिंह जिन्हों सजावां पूरी हो चुकी हैं उन्होंने जल्दी तो जल्दी रिहा किया जाए। सो इस संघर्ष में हजे तक सरकारां वल्लों कोई भी एक्शन नहीं लिया गया, कोई भी किसी भी सिंह नूं हजे तक रिहा नहीं किया गया, ना ही उन्होंने रिहा होण दी कोई कार्रवाई जो है वो शुरू की गई है। सो उस तो उल्ट सरकारां वल्लों एजेंसियां वल्लों कितें सिख पंथ इकट्ठा ना हो जाए, इस करके समय समय से या अजकल भी साडे विच ਉਹ ਵਿਵਾਦ ਖੜੇ ਕੀਤੇ ਜਾ ਰਹੇ ਹਨ, ਉਹ ਪੰਥਕ ਮੁੱਦੇ ਜਿਨ੍ਹਾਂ ਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ ਉਹਨਾਂ ਨੂੰ ਉਠਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਨਾਨਕ ਸ਼ਾਹੀ ਕੈਲੰਡਰ ਦਾ ਮਸਲਾ ਹੈ, ਹੋਰ ਰਹਿਤ ਪੁਰਾ ਦਾ ਮਸਲਾ ਹੈ ਜੋ ਕਿ ਬਹੁਤ ਹੀ ਪੁਰਾਣੇ ਮਸਲੇ ਹਨ, ਉਹਨਾਂ ਦਾ ਸਿੱਖ ਸੰਗਤ ਆਪ ਤਾਂ ਕੁਛ ਫੈਸਲਾ ਕਰ ਨਹੀਂ ਸਕਦੀ, ਪਰ ਇਹ ਏਜੰਸੀਆਂ ਵੱਲੋਂ ਇਹ ਜੋ ਮਸਲੇ ਨੇ ਸਮੇਂ ਸਮੇਂ 'ਤੇ ਸਾਡੇ ਵਿੱਚ ਪਾ ਦਿੱਤੇ ਜਾਂਦੇ ਹਨ ਤਾਂ ਕਿ ਸਾਡਾ ਜੋ ਧਿਆਨ ਹੈ ਉਸ ਨੂੰ ਡਾਇਵਰਟ ਕਰਕੇ ਹੋਰ ਪਾਸੇ ਲਾਇਆ ਜਾਵੇ, ਸਾਡੀ ਜੋ ਐਨਰਜੀ ਹੈ ਜੋ ਕਿ ਅਸੀਂ ਕਿਸੇ ਵਧੀਆ ਕੰਮ ਵਾਸਤੇ ਯੂਜ਼ ਕਰ ਸਕਦੇ ਹਾਂ ਉਹਨੂੰ ਉਸ ਨੂੰ ਇਸ ਪਾਸੇ ਵੇਸਟ ਕੀਤਾ ਜਾਵੇ। ਸੋ ਇਸੇ ਹੀ ਸੰਬੰਧ ਦੇ ਵਿੱਚ ਅੱਜ ਸ਼੍ਰੀ ਗੁਰੂ ਸਿੰਘ ਸਭਾ ਯੂਨੀਵਰਸਿਟੀ ਵਿਖੇ ਸਿਡਨੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਜਿਸ ਵਿੱਚ ਦਮਦਮੀ ਟਕਸਾਲ ਆਸਟ੍ਰੇਲੀਆ, ਅਖੰਡ ਕੀਰਤਨੀ ਜਥਾ ਆਸਟ੍ਰੇਲੀਆ, ਫੈਡਰੇਸ਼ਨ ਸਿੱਖ ਸਟੂਡੈਂਟ ਫੈਡਰੇਸ਼ਨ ਆਫ ਆਸਟ੍ਰੇਲੀਆ, ਸਿੱਖ ਯੂਥ ਆਫ ਆਸਟ੍ਰੇਲੀਆ ਅਤੇ ਗੁਰਦੁਆਰਾ ਸਾਹਿਬ ਪਾਰਕ ਲਈ, ਗੁਰਦੁਆਰਾ ਸਾਹਿਬ ਰਵਿਜ਼ਬੀ, ਗੁਰਦੁਆਰਾ ਸਾਹਿਬ ਤਾਰਾ ਮਾਰਾ ਵੱਲੋਂ ਵੀ ਕਨਫਰਮੇਸ਼ਨ ਆਈ ਹੈ। ਸੋ ਇਹਨਾਂ ਸਾਰੀਆਂ ਹੀ ਜਥੇਬੰਦੀਆਂ ਦੀ ਅੱਜ ਇੱਕ ਹੰਗਾਮੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਹੈ, ਜਿਸ ਵਿੱਚ ਕੁਛ ਬਹੁਤ ਅਹਿਮ ਫੈਸਲੇ ਕੀਤੇ ਗਏ ਹਨ, ਜਿਸ ਵਿੱਚ ਸਭ ਤੋਂ ਵੱਡਾ ਫੈਸਲਾ ਜੋ ਹੈ ਉਹ ਇਹ ਕੀਤਾ ਗਿਆ ਹੈ ਕਿ ਸਿਡਨੀ ਦੀਆਂ ਸਿੱਖ ਜਥੇਬੰਦੀਆਂ ਨੇ ਆਪਣਾ ਜੋ ਆਸ਼ਾ ਹੈ, ਆਪਣਾ ਜੋ ਨਿਸ਼ਾਨਾ ਹੈ ਉਸ ਨੂੰ ਮਿੱਥਿਆ ਹੈ। ਸਾਡਾ ਜੋ ਨਿਸ਼ਾਨਾ ਇਸ ਵੇਲੇ ਇਹ ਹੈ ਕਿ ਅਸੀਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੋ ਕਿ ਪਿਛਲੇ 50 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ, ਅਸੀਂ ਸਾਰੀਆਂ ਹੀ ਜਥੇਬੰਦੀਆਂ ਨੇ ਇੱਕਮੁੱਠ ਹੋ ਕੇ ਇਕੱਠੇ ਹੋ ਕੇ ਭਾਈ ਸਾਹਿਬ ਦੇ ਸੰਘਰਸ਼ ਵਿੱਚ ਭਾਈ ਸਾਹਿਬ ਦਾ ਸਾਥ ਦੇਣਾ ਹੈ। ਸੋ ਜਿਹੜੇ ਵੀ ਸਾਡੇ ਵਿੱਚ ਪੰਥਕ ਮਸਲੇ ਜੋ ਏਜੰਸੀਆਂ ਵੱਲੋਂ ਪਾਏ ਗਏ ਹਨ, ਸਾਡੇ ਸਾਰਿਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਮਸਲਿਆਂ ਦੇ ਵਿੱਚ ਉੱਤੇ ਅਜੇ ਵਿਚਾਰ ਨਹੀਂ ਕੀਤੀ ਜਾਏਗੀ, ਉਹਨਾਂ 'ਤੇ ਅਜੇ ਗੱਲ ਨਹੀਂ ਕੀਤੀ ਜਾਏਗੀ। ਅਸੀਂ ਸਿਰਫ ਅਤੇ ਸਿਰਫ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ, ਜੋ ਉਹਨਾਂ ਸੰਘਰਸ਼ ਚੱਲ ਰਿਹਾ ਹੈ, ਉਸ ਵਿੱਚ ਉਹਨਾਂ ਦਾ ਸਾਥ ਦੇਣਾ ਹੈ। ਸਾਧ ਸੰਗਤ ਜੀ, ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਜੋ ਸਿਡਨੀ ਦੀਆਂ ਸਮੂਹ ਜਥੇਬੰਦੀਆਂ ਹਨ ਸਾਰੀਆਂ ਨੇ ਹੀ ਇਸ ਗੱਲ 'ਤੇ ਐਗਰੀ ਕੀਤਾ ਹੈ ਅਤੇ ਸਾਰੀਆਂ ਨੇ ਹੀ ਆਪਣੇ ਜੋ ਮਤਭੇਦ, ਜੋ ਛੋਟੇ ਮੋਟੇ ਮਤਭੇਦ ਹਨ ਉਹਨਾਂ ਨੂੰ ਛੱਡ ਕੇ ਉਸ ਤੋਂ ਅੱਗੇ ਵਧਣ ਦੀ ਗੱਲ ਕੀਤੀ ਹੈ। ਸੋ ਮੈਂ ਸਾਰੀ ਸੰਗਤ, ਸਾਰੀਆਂ ਜਥੇਬੰਦੀਆਂ ਇਸ ਫੈਸਲੇ ਕਰਕੇ ਵਧਾਈ ਦੇ ਪਾਤਰ ਹਨ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਸੋ ਹੋਰ ਜੋ ਫੈਸਲੇ ਇਸ ਮੀਟਿੰਗ ਵਿੱਚ ਕੀਤੇ ਗਏ ਹਨ, ਜਿਸ ਵਿੱਚ ਸਭ ਤੋਂ ਪਹਿਲਾਂ ਇੱਕ ਲੈਟਰ ਟੂ ਇੰਡੀਅਨ ਪ੍ਰਾਈਮ ਮਿਨਿਸਟਰ ਇਹ ਜੋ ਹੈ ਉਹ ਜਾਰੀ ਕੀਤਾ ਜਾਏਗਾ। ਇਹ ਜੋ ਲੈਟਰ ਹੈ ਇਹ ਇੰਟਰਨੈਟ 'ਤੇ ਆਲਰੇਡੀ ਅਵੇਲੇਬਲ ਹੈ, ਇਸ ਦਾ ਜੋ ਲਿੰਕ ਹੈ ਉਹ ਆਪ ਸਾਰੀ ਸੰਗਤ ਨੂੰ ਭੇਜ ਦਿੱਤਾ ਜਾਏਗਾ। ਨਾਲੇ ਕੱਲ੍ਹ ਤੋਂ ਹੀ ਇਹ ਜੋ ਲੈਟਰ ਹੈ ਅਸੀਂ ਬਾਹਰ ਇੱਥੇ ਕਾਊਂਟਰ ਲਗਾ ਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਹੀ ਇਹ ਜੋ ਲੈਟਰ ਹੈ ਇਸ ਨੂੰ ਸਾਈਨ ਕਰਨ, ਅਤੇ ਤਾਂ ਜੋ ਸਾਡੀ ਜੋ ਆਵਾਜ਼ ਹੈ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਵੀ ਇੰਨੀ ਸੰਗਤ ਹੈ ਜੋ ਬਾਹਰ ਵਿਦੇਸ਼ਾਂ ਵਿੱਚ ਬੈਠੀ ਹੈ ਜੋ ਕਿ ਇਸ ਮਸਲੇ 'ਚ ਭਾਈ ਸਾਹਿਬ ਦਾ ਸਾਥ ਦੇ ਰਹੀ ਹੈ, ਅਤੇ ਹੋ ਸਕਦਾ ਹੈ ਕਿ ਉਹ ਵੀ ਉੱਥੋਂ ਕੁਛ ਐਕਸ਼ਨ ਲੈਣ। ਜੋ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਵੱਲੋਂ ਕੱਲ੍ਹ ਜੋ ਮੈਸੇਜ ਆਇਆ ਸੀ, ਜੋ ਉਹਨਾਂ ਨੇ ਸਾਰੇ ਹੀ ਪੰਥ ਨੂੰ ਬੇਨਤੀ ਕੀਤੀ ਸੀ ਕਿ ਸਾਰੇ ਹੀ ਇਕੱਠੇ ਹੋ ਜੋ ਆਪਣਾ ਕੌਮੀ ਨਿਸ਼ਾਨਾ ਹੈ ਉਸ ਵੱਲ ਤੁਰੋ, ਸੋ ਉਸ ਦੇ ਰਾਹ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਯੂਨੀਵਰਸਿਟੀ ਵੱਲੋਂ ਇਨੀਸ਼ੀਏਟ ਕੀਤੀ ਇਸ ਮੀਟਿੰਗ ਵਿੱਚ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਸਿਡਨੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਇਹ ਸਾਰੀਆਂ ਦੇ ਸਾਰੀਆਂ ਇਕੱਠੀਆਂ ਹੋ ਕੇ ਇੱਕ ਸਟੇਜ ਤੋਂ ਇੱਕ ਨਾਰੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਰਬੂਸ਼ਦਾ ਹੇਠ ਚੱਲਣਗੀਆਂ। ਸੋ ਉਸ ਤੋਂ ਅੱਗੇ ਇੱਕ ਹੋਰ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੰਡੀਆ ਦੇ ਜੋ ਲੀਗਲ ਐਡਵਾਈਜ਼ਰਸ ਨੇ ਜੋ ਉੱਥੇ ਵਕੀਲ ਹਨ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਜੋ ਕਿ ਜੋ ਬੰਦੀ ਸਿੰਘ ਹਨ ਉਹਨਾਂ ਦੀ ਰਿਹਾਈ ਵਾਸਤੇ ਜੋ ਕਾਗਜ਼ੀ ਕਾਰਵਾਈ ਹੈ ਉਸ ਵਿੱਚ ਸਾਡੀ ਹੈਲਪ ਕਰਨ। ਉਸ ਤੋਂ ਅਗਲਾ ਜੋ ਫੈਸਲਾ ਕੀਤਾ ਗਿਆ ਹੈ ਉਹ ਹੈ ਜਿੰਨੇ ਵੀ ਪ੍ਰਚਾਰਕ ਵਿਦੇਸ਼ਾਂ ਵਿੱਚ ਆਉਂਦੇ ਨੇ, ਜਿੰਨੇ ਵੀ ਕੀਰਤਨੀ ਜਥੇ ਬਾਕੀ ਹੋਰ ਪ੍ਰਚਾਰਕ ਇੱਥੇ ਆਉਣ, ਜੋ ਵੀ ਪ੍ਰਚਾਰਕ ਇਸ ਵੇਲੇ ਭਾਈ ਸਾਹਿਬ ਜੀ ਦੇ ਸੰਘਰਸ਼ ਵਿੱਚ ਭਾਈ ਸਾਹਿਬ ਜੀ ਦਾ ਸਾਥ ਨਹੀਂ ਦੇ ਰਿਹਾ ਹੈ,
ਉਹਨਾਂ ਦਾ ਆਸਟ੍ਰੇਲੀਆ ਸਿਡਨੀ ਦੀਆਂ ਸਟੇਜਾਂ 'ਤੇ ਕਦੀ ਵੀ ਵੈਲਕਮ ਨਹੀਂ ਕੀਤਾ ਜਾਏਗਾ। ਸੋ ਜੋ ਵੀ ਪ੍ਰਚਾਰਕ ਇੱਥੇ ਆਉਣਗੇ ਉਹ ਉਹੀ ਆਉਣਗੇ ਜੋ ਪੰਥਕ ਏਕਤਾ ਦੇ ਹੱਕ ਵਿੱਚ ਗੱਲ ਕਰਨਗੇ, ਜੋ ਭਾਈ ਸਾਹਿਬ ਜੀ ਦੇ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ। ਸੋ ਸਤਸੰਗ ਜੀ, ਉਸ ਤੋਂ ਇਲਾਵਾ ਇੱਕ ਵਰਕਿੰਗ ਕਮੇਟੀ ਵੀ ਕਾਇਮ ਕੀਤੀ ਗਈ, ਕੋਆਰਡੀਨੇਸ਼ਨ ਕਮੇਟੀ ਕਾਇਮ ਕੀਤੀ ਗਈ ਹੈ, ਜੋ ਕਿ ਸਾਰੀਆਂ ਹੀ ਸਿਡਨੀ ਦੀਆਂ ਜਥੇਬੰਦੀਆਂ ਦੇ ਵਿੱਚ ਆਪਸ 'ਚ ਜੇ ਕੋਈ ਗੱਲਬਾਤ ਕਰਨੀ ਹੈ, ਜੋ ਕੋਆਰਡੀਨੇਸ਼ਨ ਕਰਨੀ ਹੈ, ਸੋ ਉਸਦਾ ਜੋ ਉਹਨਾਂ ਦਾ ਜੋ ਮੇਨ ਕੰਮ ਹੈ ਉਹ ਹੋਏਗਾ। ਸੋ ਇੱਕ ਬਹੁਤ ਵਧੀਆ ਉਪਰਾਲਾ ਸਿਡਨੀ ਦੀਆਂ ਸੰਗਤਾਂ ਵੱਲੋਂ ਇਹ ਕੀਤਾ ਗਿਆ ਹੈ। ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ, ਜੋ ਕਿ ਇਸ ਮੀਟਿੰਗ ਵਿੱਚ ਮੌਜੂਦ ਸਨ, ਕਿ ਉਹ ਵੀ ਆ ਕੇ ਸਟੇਜ 'ਤੇ ਆਪਣੇ ਜੋ ਵਿਚਾਰ ਨੇ ਉਹ ਆਪ ਸੰਗਤਾਂ ਦੇ ਸਨਮੁੱਖ ਰੱਖਣ। ਕੌਮੀ ਸੰਘਰਸ਼ ਨੂੰ ਸਮਰਪਿਤ ਹੋਣ ਵਾਸਤੇ ਪੰਥ ਦੇ ਇਸ ਮੋਰਚੇ ਦੀ ਸਫਲਤਾ ਲਈ, ਇਕਜੁੱਟ ਹੋਣ ਲਈ, ਉੱਦਮ ਕਰਨ ਵਾਸਤੇ ਪਹੁੰਚੇ ਸਾਰੇ ਜਥੇਬੰਦੀਆਂ ਦੇ ਸਭ ਸਤਿਕਾਰਯੋਗ ਗੁਰੂ ਪਿਆਰੇ ਅਤੇ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇਸ ਸੰਘਰਸ਼ ਸੰਬੰਧੀ ਧਾਰਮਿਕ ਪੱਖ ਤੋਂ ਆਪ ਜੀ ਦੇ ਨਾਲ 4-5 ਮਿੰਟ ਵਿਚਾਰ ਸਾਂਝੇ ਕਰੇਗਾ ਕਿ ਇਹ ਸੰਘਰਸ਼ ਜਿਹੜਾ ਅੱਜ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੁਆਰਾ ਗੁਰੂ ਸਾਹਿਬ ਨੇ ਆਰੰਭ ਕਰਵਾਇਆ, ਇਸ ਸੰਘਰਸ਼ ਦੀ ਬੈਕਗਰਾਉਂਡ ਕੀ ਹੈ? ਜਿਹੜੇ ਕੈਦੀ ਸਜ਼ਾ ਭੁਗਤ ਚੁੱਕੇ ਨੇ ਅਤੇ ਜਿਨ੍ਹਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਗਿਆ, ਜੇ ਉਹਨਾਂ ਨੂੰ ਨਾ ਹੱਕ ਕੈਦੀ ਕਿਹਾ ਜਾਵੇ ਤਾਂ ਇਹ ਛੋਟੇ ਜਿਹੇ ਲਫ਼ਜ਼ ਵਿੱਚ ਨਾ ਹੱਕ ਕੈਦੀ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਕਾਨੂੰਨ ਨੂੰ ਹੱਕ ਨਹੀਂ ਕਿ ਉਹਨਾਂ ਨੂੰ ਅੰਦਰ ਰੱਖ ਸਕੇ, ਨਾ ਹੱਕ ਕੈਦੀ। ਨਾ ਹੱਕ ਕੈਦੀਆਂ ਦੀ ਰਿਹਾਈ ਵਾਸਤੇ ਸਿੱਖ ਕੌਮ ਵਿੱਚ ਸਭ ਤੋਂ ਪਹਿਲਾਂ ਸੰਘਰਸ਼ ਧੰਨ ਗੁਰੂ ਨਾਨਕ ਸਾਹਿਬ ਨੇ ਰੰਭੇ। ਇਤਿਹਾਸ ਤੋਂ ਜਾਣੂ ਸੰਗਤਾਂ ਇਸ ਗੱਲ ਨੂੰ ਭਲੀ ਭਾਂਤ ਸਮਝ ਲੈਣਗੀਆਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਹਕ ਕੈਦੀਆਂ ਨੂੰ ਬਾਬਰ ਦੀ ਕੈਦ ਵਿੱਚੋਂ ਛਡਾਉਣ ਵਾਸਤੇ ਆਪ ਜੇਲ੍ਹ ਯਾਤਰਾ ਕੀਤੀ। ਇਹ ਪਹਿਲੀ ਪਿਰਤ ਗੁਰੂ ਨਾਨਕ ਸਾਹਿਬ ਨੇ ਪਾਈ। ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਬਚਨ ਦਿੱਤਾ ਨਾ, ਬੰਦ ਖਲਾਸੀ ਭਾਣਾ ਹੋਇਆ। ਉਸ ਬਾਣੇ ਭਾਣੇ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਇਹ ਪਿਰਤ ਪਾਈ ਨਾਹਕ ਕੈਦੀਆਂ ਨੂੰ ਛਡਾਉਣ ਦੀ। ਅੱਜ ਭਾਈ ਗੁਰਬਖਸ਼ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੇ ਉਦਮ ਬਖਸ਼ਿਆ। ਹੁਣ ਦੂਜੀ ਗੱਲ, ਭਾਈ ਸਾਹਿਬ ਜੀ ਨੇ ਪ੍ਰਸ਼ਾਦੇ ਦਾ ਤਿਆਗ ਕੀਤਾ। ਜਦੋਂ ਪਹਿਲੀ ਵਾਰੀ ਭਾਈ ਸਾਹਿਬ ਨੇ ਭੁੱਖ ਹੜਤਾਲ ਕੀਤੀ ਸੀ, ਕਈਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਨ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਵਿਪਰਨ ਦੀ ਰੀਤ ਵਿੱਚ ਆ ਕੇ ਅੰਨ ਛੱਡਣਾ ਇਹ ਗਲਤ ਹੈ, ਲੇਕਿਨ ਕੌਮ ਦੀ ਸੇਵਾ ਵਾਸਤੇ ਅੰਨ ਤਿਆਗਣਾ ਇੱਕ ਕੁਰਬਾਨੀ ਹੈ। ਇਸ ਕੁਰਬਾਨੀ ਦੇ ਬਾਰੇ ਵੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਇਹ ਵੀ ਸਾਡੇ ਇਤਿਹਾਸ ਦੀ ਬੈਕਗਰਾਉਂਡ ਹੈ। ਫਰਕਸ਼ੀਅਰ ਨੇ ਆਪਣੇ ਅਹਿਲਕਾਰ ਨੂੰ ਪੁੱਛਿਆ ਕਿ ਸਿੱਖ ਜਿਹੜੇ ਨੇ ਇਹਨਾਂ ਨੂੰ ਇੰਨਾ ਮਾਰੀਦਾ ਫਿਰ ਵੀ ਚੜ੍ਹਦੀ ਕਲਾ 'ਚ ਰਹਿੰਦੇ ਨੇ। ਮੈਂ ਇੱਕ ਨਿੱਕੀ ਜਿਹੀ ਮਿਸਾਲ ਦੇਵਾਂ ਅੱਜ ਦੇ ਸਮੇਂ ਦੀ। ਭਾਈ ਬਲਦੇਵ ਸਿੰਘ ਬੇਲਾ ਬੌਲੀ ਇੰਦਰਜੀਤ ਦਾ, ਉਹ ਸ਼ਹੀਦ ਹੋਇਆ ਸੀ, ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਉਹ ਸੰਬੰਧਿਤ ਸੀ, ਅਤੇ ਮੈਨੂੰ ਪਤਾ ਜਦੋਂ ਉਹਨੂੰ ਫੜ ਕੇ ਲੈ ਕੇ ਗਏ ਬਟਾਲਾ ਬਾਈਪਾਸ 'ਤੇ, ਉਹ ਬੱਚੇ ਨੂੰ ਸਿੰਘ ਨੂੰ ਐਦਾਂ ਪਿੱਠ ਪਰ ਨੇ ਲੰਮਾ ਪਾਇਆ ਅਤੇ ਜੇਠ ਹਾੜ ਦੀ ਗਰਮੀ ਸੀ, ਲੁੱਕ ਨਾਲ ਉਹਦੀਆਂ ਲੱਤਾਂ ਸੜ ਗਈਆਂ, ਪਿੱਠ ਸੜ ਗਈ। ਅਤੇ ਜਦੋਂ ਉਹਦੀ ਮਾਤਾ ਚੌਥੇ ਪੰਜਵੇਂ ਦਿਨ ਥਾਣੇ ਵਿੱਚ ਉਹਨੂੰ ਮਿਲ ਦਿੱਤਾ ਅਤੇ ਆਪਸ ਵਿੱਚ CRP ਵਾਲੇ ਗੱਲਾਂ ਕਰ ਰਹੇ ਸੀ ਵੀ ਸਿੱਖ ਇਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ, ਇਹਨੂੰ ਸਾੜਿਆ, ਇਹ ਇੰਨੇ ਕਸ਼ਟ ਵਿੱਚ ਹੈ, ਇਹ ਜਿਹੜਾ ਵੀ ਇੱਦਾਂ ਦੇ ਦੇਖੀਦਾ ਹੈ, ਜਦੋਂ ਉਹਦਾ ਕੋਈ ਆਣ ਕੇ ਮਿਲਣ ਵਾਲਾ ਉਹਨੂੰ ਪੁੱਛਦਾ ਵੀ ਤੇਰਾ ਕੀ ਹਾਲ ਹੈ,
हर सिख भावें ओनू जिन्ना मर्जी असी कुटिया जिन्ना मर्जी साड़िया हर सिख मुंडा यो ही बोलता है चढ़दी सकला। ये मैं उन्होंने लफ्ज़ बोल रहा सी आर पी दे। फ्रक्शियर ने कहा इन्हां दी चढ़दी कला का राज की है, तो उस वक्त एहलकार ने कहा मैं तुहानू इन्हां दी चढ़दी कला का एक राज दसदा। हफ्ते भर के भुखे चार दिन चार सिंह कट्ठे किए, एक बच्चा, एक जवान, एक अधखड़ ते एक बजुर्ग। हफ्ते भर के भुखियां दे अगे एक प्रशादा रखिया, एक प्रशादा रखिया, ते जदों प्रशादा आया ते बजुर्ग दे अगे पहलों उन्हां सिंघां ने रखिया, बापू जी तुसीं बजुर्ग हो तुहाडा शरीर भुख झल नहीं सकदा तुसीं खा लो। बजुर्ग कहिंदा ना मैं नहीं खावांगा, आ बच्चा साडी कौम दा भविख है, इस बच्चे नूं प्रशादा छकाओ। बच्चे दे अगे जदों प्रशादा रखिया गया बच्चे ने अपने जवान वीर दे अगे प्रशादा कर दिता, कहिंदा वीर जी मैं तां बच्चा मैं जंग नहीं कर सकता, मैनू शस्त्र विद्या विच महारत हासिल नहीं, तुसी शस्त्र विद्या विच महारत हासिल है तुहानू तुसी जंग कर सकते हो, पंथ की चढ़ती कला वास्ते तुसी संघर्ष कर सकते हो, वीर जी प्रशादे की तुहानू लोड़ है तुसी छको। जदों जवान दे अगे प्रशादा रखिया जवान ने अपने अधखड़ गुरसिख भरा दे अगे कर दिता, वीर जी मैनू तो केवल शस्त्र ही चलाउणा आउंदा है, तुहानू राजनीति दे दाव पेच भी आउंदे ने, जे सानू शस्त्र की लोड़ है तो राजनीति दे दाव पेचां की भी लोड़ है, वड्डे वीर जी तुहाडी पंथ नू मेरे नालों वध लोड़ है, तुसी पंथ की मेरे नालों वधिया अगवाई कर सकते हो, इस वास्ते भरा जी प्रशादा तुसी छको। अखीर फिर उस बुजुर्ग के अगे प्रशादा आया, उन्हें कहा नहीं अज भाई गुरबख्श सिंह ने पंथ की चढ़ती कला वास्ते प्रशादा त्यागिया, तो मैं समझदा कलगिया वाले पिता के पंथ की वह पुरातन ताकत इस गुरसिख विच इकट्ठी हुई। सो यह मैं बेनती करांगा कि गुरु प्यारे साढ़े गुरु नानक जी ने नाहक कैदियों की रिहाई वास्ते संघर्ष आरंभिया सी, अज गुरु नानक जी साडे विच वरतदे ने, निम्रता सहित हाथ जोड़ के बेनती करांगा किसे तान नाल नहीं, गुरु नानक नाम लेवा वो किसे भी रूप च बैठा है, जिथे भी दुनिया के किसे भी कोने च बैठा है, किसे भी हालात विच बैठा है, किसे भी पोजिशन विच बैठा है, उस हर गुरसिख माई भाई नूं निम्रता सहित बेनती है अज ये संघर्ष जे गुरु साहब की कृपा नाल आरंभ होया ते गुरु साहब की कृपा नाल इहदे विच फतेह भी होनी है, ये नहीं कि फतेह नहीं होएगी, गुरु साहब कृपा करनगे इहदे विच फतेह होएगी। अज असी कानूनी तौर ते इस लड़ाई नूं जित लैंदे हां ते गुरु के प्यारे आने वाले समय च फतेह दे राह खुल जांदे ने, जिवें चाबिया का मोर्चा सी ना, जदों चाबिया मिल गई सी ते हिंदुस्तान के लीडर ने भी कहता सी असी आजादी की पहली जंग जीत ली है, भावें कि उन्हां दा एक शोशा ही सी उन्हां दी अपनी चाल ही सी, पर मैं बेनती करांगा जे अज असी ये मोर्चा जित लैने आने वाले समय में फतेह के राह खुल जाएंगे। सो मैं यही बेनतियां करना सी धार्मिक पक्ष तो आप जी नूं ये बेनतियां करनियां जरूरी सी कि अज भी साढ़े कई वीर भैन कई भुलेखियों च पए ने ते ओ इस संघर्ष की हमायत नहीं कर रहे, मनो हमायत नहीं कर रहे उत्तों उत्तों हाँ जी हाँ जी हाँ जी हाँ जी, तो बेनती है कि जिहड़ा उत्तों हाँ जी करता मनो हमायत नहीं करता, मैं नहीं कहिंदा मेरे सतगुरु कहिंदे ने जिन मन होर मुख होर से कांडे कच्छिया, तो सिख कभी कच्चा हो सकता, सिख कभी कच्चा नहीं हो सकता, जे अपने आप नूं सिख खवाउंदे आ त
धन गुरु ग्रंथ साहब नूं हाजर नाजर जान के अज प्रण करिए जेड़े भी ढंग नाल जिन्नी भी वित है मेरे पातशाह की बाणी कहती है कि जैसा वित तैसा हुए वरत है अपना बल नहीं हार है। जिन्ना भी साढ़े च बल है जिनी भी असी किसी तरह की ये कोई संघर्ष में योगदान पा सकते हैं ये आपां पाना चाहिए। फतेह गुरु ग्रंथ साहब जी की कृपा नाल होनी है तो फतेह की आस कदे नहीं छड़नी चाहिए। जिहड़ा रोज़ फतेह बुलाउंदा है वह फतेह की आस ना छड्डियो। तो आप जी का गुरु प्यारियो धन्नवाद है कि आप जी ने इत्थे हाजरियां भर के उस संघर्ष नूं हमायत देण वास्ते गुरु साहब की कृपा नाल आ हुण जिन्हां दे चेहरे दिस रहे ने ना जिन्हां दे चेहरे दिस रहे ने सब दे चेहरे तों इउं लगदा वी गल वल ध्यान दिता जा रहा। जदों तुसीं गल वल ध्यान दिओगे ना ते गल तुहाडे वल ध्यान देवेगी। तुसीं गल वल ध्यान देवो गल तुहाडे वल ध्यान देवेगी। जदों गल तुहाडे वल ध्यान देवेगी उदों गल तुहाडे मसले का हल बन के आएगी। इन्नियां बेनतियां करदा मैं खिमां दा जाचक हाँ भुलां चुकां दी खिमा करनी सारिया जथेबंदियां दे। अज इत्थे गुरमुख प्यारे इकट्ठे होए अत्यंत खुशी है। गुरु साहब का भी हुक्म है होए एकत्र मिलो मेरे भाई दुविधा दूर करो लिव लाए हर नाम के हो वो जोड़ी गुरमुख बैसो सफा विछाए। अखीर में फिर बेनती करता होया कि इस संघर्ष नूं पंथक संघर्ष समझ के सारे इमानदारी नाल जिन्ना भी हो सकता है इहदी फतेह वास्ते यतन करिए। हुण मैं बेनती करांगा साढ़े सत्कारयोग भाई मनजीत सिंह जी भोलेवाल उन्होंने कि वह स्टेज पर आन तो आके जो भाई साहब का संघर्ष मौजूदा रूप में जो चल रहा है उस बारे आप जी को जानकारी दें जी। बेहिम्मते शिकवे करन मुकद्दरां ते उगण वाले तो उग भी पैंदे ने पाड़ के सीने पत्थरां दे। किसी शायर ने बड़िया वधिया ये लाइना लिखिया ने गुरु सवारी गुरु प्यारी साध संगत जी आओ फतेह की सांझ करिए। वाहिगुरू जी का खालसा वाहिगुरू जी की फतेह। सब तो पहला तो सिडनी दियाँ समूह जथेबंदियां अते सिडनी की समूह संगत बड़ी बधाई की पात्र है जिहड़ी कि एक प्लेटफॉर्म ते जां एक एजेंडे नूं लै के इकट्ठी हुई है। सारिया ही संगतां बहुत ही बधाई दियां पात्र ने। बहुत ही डिटेल दे विच जा के मैं नहीं दसना चाहुंदा क्योंकि समा भी सीमित है। दो तीन उदाहरण जिहड़ियां कि मैं आप जी दे नाल सांझियां करनियां चाहुंदा है कित्थे कित्थे सिखां दे नाल किवें किवें धक्का हो रहा है। जो मौजूदा संघर्ष है उस तों अगर असीं थोड़ी सेध लै के अगे तुरीए जो पिछे पास दे विच होया उहनूं भी वाचना साडा बहुत जरूरी है। पिछले सत्तां कु सालां दा अगर संगत दे याद होवे एक गुरमीत सिंह पिंकी जो सुमेध सैणी दा पालिया होया कैट सी उसनों उम्र कैद होई सी जिसने लुधियाणे दे विच शरेआम एक नौजवान नूं गोली मार के मारिया सी। उस दे कंपैरिजन जे असीं लईए गुरदीप सिंह खहरा नां दा एक सिख नौजवान पिछले 25 सालां तों करनाटक दी जेल दे विच है जिन्हों दो उम्र कैदा हुई सन एक दिल्ली विचों ते एक करनाटक विचों। दिल्ली दे विच नूं उसनूं प्री मचोर मिली सीगी जो शीला टिक्स ने दित्ती सी ते करनाटक दी सरकार ने उहनूं अजे भी अपनी जेल दे विच रख्या होया है। ये सारी अपडेट तुसीं यूट्यूब ते देख सकते हो। सरदार हरपाल सिंह चीमा जो पंच प्रधानी दे कोआर्डीनेटर ने उन्होंने दसियां गल्लां इह जो लीगल ने उन्होंने पिछले 2013 दे विच जदों भाई साहब संघर्ष दे लई बैठे सन अंब साहब गुरद्वारे उस तों लैके एक कानूनी अपनी जो पैरवाई शुरू की जिन्हें सत सिंघां नूं लैके इह संघर्ष शुरू होया सी उह जाके करनाटक दे विच उह सिंघ नूं मिले गुरदीप सिंह जिहदा नां है उन्हां दे घरदिआं नूं मिले। उन्होंने दस्सिया कि जदों तक वह दिल्ली जेल दे विच असीं उन्हां नूं मिलदे सी जदों करनाटक जेल दे विच उन्हां ट्रांसफर कर दिता गया उस तों बाद असीं उन्हां नूं नहीं मिले क्योंकि उस दे जो माता पिता ने वह बजुर्ग हालत दे विच ने।
जदों उन्होंने जेल के सुपरडेंट नूं जाके गल की उत्थे दा एक वकील सी जसविंदर सिंह शायद उहदा नां सी जे मैं गलत ना होवां उही उन्हां नूं भाई हरपाल सिंह तो पहला मिलिया सी उस तो बाद कोई बंदा नहीं उन्हां नूं मिलिया पंजाबी जदों सारी गलबात दे विचों निचोड़ कढ़िया तां इह होया कि जो करनाटक की सरकार है जो करनाटक का जेल प्रशासन है उन्होंने दस्या कि साढ़े स्टेट टू स्टेट तबादले होंगे ने एक कैदी करनाटक का पंजाब की जेल के हो उसनू करनाटक लिया जाए अते पंजाब का जो कैदी साढ़े को इसनू पंजाब सरकार नू असी सौंप देवांगे जदों ये सारी गल उन्होंने पंजाब दे विच जेल डी जी पी दे नाल कीती तां उन्होंने दस्या कि पिछली फरवरी तो लैके 2014 की जिहड़ी फरवरी है जनवरी है सॉरी उदों तो लैके वो फाइल है जिहड़ी बादल साहब के टेबल के उत्ते पई है। ये मैं तां सांझी कर रहा क्योंकि साढ़े बहुत सारे सिख संगतां नूं इह है कि पंजाब सरकार के हाथ विच कुछ नहीं है। अगर स्टेट का जो CM है वो दूजी स्टेट के CM नूं अथॉरिटी दिंदा कि हाँ असीं तुहाडा ये कैदी तुहाडी स्टेट नूं दिंदे हां तो वह कैदी ट्रांसफर बहुत छेती हो जाने जे पंजाब की जेल के विच आ जाए फिर जो CM है वो को अथॉरिटी है कि वह विधानसभा के मता पास करके उन्होंने रिहा करवा सकते जिमें तमिलनाडु के होया जो राजीव गांधी के कातल सन उन्होंने बरी किया जाना सी। हुण इहदे नाल आपां लिंक जोड़िए जो पिंकी नाँ का कैद सीगा जदों पंजाब सरकार नूं पता लग्या कि जो राजीव गांधी के कातल ने उन्होंने प्री मचोर परोल दिती जा रही है उस समय के दौरान कांग्रेस ने स्टे लई कि इन्हों प्री मचोर नहीं मिलनी चाहिए तो कानूनी दा आया कि एक कानून के तहत इन्हों जेल के रख्या जाए राजीव गांधी के कातलों जदों पंजाब सरकार इसकी सूह मिली कि यह कुछ हो रहा है विदइन 1 वीक जो पिंकी सी जिन्हें पता नहीं किन्ने नौजवानों का कतल किया होना उसनों विदइन 1 वीक रिहा करवाया गया। उस मुकाबले गुरदीप सिंह की फाइल पिछले 1 साल तो साढ़े CM के टेबल पर पई है जिसनों कि वह साइन नहीं कर रहे जदों जेल DGP होम मिनिस्ट्री गल कर रहा होम सैकटरी वो कह रहे हैं कि बादल साहब से डिपेंड करता है कि कदों साइन करे। ये साड़ी हालत है साड़ी अपनी पंथ कहाउण वाली सरकार की। हुण साडे ते है कि असी ये जो सिखां दी मार हो रही है इनू इस तरह सहिंदे रहना जां असी उस जो साडे गुरु साहब ने इनकलाब सानू दिता है कि जुल्म दे खिलाफ लड़ना है उहदे कानून दे तहत असी अपने गुरु दे कानून दे तहत चलना जां असी अपनी सरकार दे कानून दे तहत चलना यह साडे सिखां ते डिपेंड करदा है। जो अज मते पास होए ने बिल्कुल असी इन्हां दे नाल सहमत हैं थोड़ी एडिशन मैं कर देवां शायद भाई भुल गए दसना उस दे विच ये भी है कि पंजाब सरकार का नुमाइंदा कोई भी आवे श्रोमणी कमेटी का नुमाइंदा आवे जां श्रोमणी कमेटी के प्रचारक आउण जो भी इन्हां अदारियां दे नाल संबंधित बंदे ने जो अज भाई साहब के संघर्ष के शामिल नहीं हो रहे तो उन्हां सिडनी दीआं स्टेजां तों बाइकाट किया जाऊगा। इन्हां मतियां दे नाल असी पूरी सहमति रखते हैं। इन्ना ही शब्दों के नाल खेवां दा जाजक हाँ वाहिगुरू जी का खालसा वाहिगुरू जी की फतेह। एक थोड़ी जी गल दसवां अगर जो 30/12/2014 नूं अपडेट हुई है लिस्ट सिख कैदियों की वो मेरे को मौजूद है 83 कैदियों की उस दे विच 8 साढ़े सीनियर सिटीजन ने जिहड़े कि 65 साल तो लेके 85 साल तक उन्हां दी उम्र है जिन्हां नूं कि नहीं छड्या जा रहा वो किसी नूं लिस्ट चाहिए होगी तो मेरे को मौजूद है वो असीं दे सकते हैं। वाहेगुरू जी का खालसा वाहेगुरू जी की फतेह। वाहेगुरू जी का खालसा श्री वाहेगुरू जी की फतेह। इत्थे मेरे तो सारे सीनियर बैठे ने सारे सीनियर धार्मिक विद्वान बैठे ने इन्हां दे मुकाबले मेरी धार्मिक नॉलेज या धार्मिक दे कुछ भी नहीं पर मैं तो सिर्फ अपने वालों इस सच की लड़ाई विच अपने वालों तो अपने अखबार प्रदेश एक्सप्रैस वालों हादसा नारा मारन लई खड़ा होया। अज ये सारिया वार्ता सुन के मैनू डॉक्टर मुहम्मद इकबाल का गल याद आ गई। कहिंदे उर्दू के बहुत तकड़े शायर होए ने उन्होंने लिखिया सी सारे जहां से अच्छा हिंदोस्तां हमारा पर कुछ समा गुजरन तो बाद उस उर्दू के शायर डॉक्टर इकबाल नूं ये लिखना पिया कि मुद्दतें हो गई सरंजगा
गम सहते हुए सहते सहते अब तो शर्म सी आती है वतन को वतन कहते हुए। जदों भी भारत विच स्कीमां लागू हुंदियां ने मुड़ वसेबे दियां कैदियां लई तां ओह हर प्रांत नूं दित्तियां जांदियां ने, पर जदों गल राजसी सिख कैदियां दी आउंदी आ तां इन्हां नूं स्कीमां लागू तां की करनियां ने, इन्हां नूं सजावां कट चुक के रिहा करन लई भी इन्हां लई बहुत वड्डी गल हो जांदी आ। एक कहानी सी, कहिंदे एक लक्कड़ कट्टण वाला कुहाड़ा लै के बेड़े 'च लग्गिया, फलदार दरख्त कट्टण लग्गिया, तां उह दरख्त ने अग्गों कहा वी मैं तां तेरे वेहड़े दी सिर्फ 2 फुट थां रोकी आ, इहदे बदले 'च मैं तैनूं 100 फुट छां दिंदा, तैनूं मिठे फल दिंदा, जदों तैनूं लक्कड़ां दी लोड़ हुंदी आ तां उह वी कट्ट लैंदा। ठीक उस तरह जे असीं भारत दे नक्शे ते निगाह मारीए तां पंजाब ने भी 19 जगह रोकी आ, उहदे बदले 'च मुगलां नाल टाकरा पंजाबियां ने लिया। जदों आज़ादी की लड़ाई हुई तां 90% कुरबानियां सिखां ने पंजाबियां ने दित्तियां, ते जदों देश दा ढिड भरन की गल हुई तां सब तो वध अनाज भी पंजाबियां ने पैदा किया, ते अज कुहाड़ा भी सब तो वध सिखां दे चल रहा। खैर ये विशा बड़ा लंबा, मैं तो सिर्फ अखीर दे विच यही गल कहूँगा कि बड़ा शलाघायोग कदम कि साडियां सारियां पंथक जथेबंदियां आस्ट्रेलिया दियां एक मंच ते इकट्ठियां हो गईयां, ते साडे वल्लों प्रदेश एक्सप्रैस वल्लों कोई भी किसी भी किस्म की सहायता की लोड़ आ जां कोई भी चीज़ छपाउणी आ तां असीं दिन रात हाजर हाँ। इस बारी भी असीं इस नूं फ्रंट पेज ते लैके आए हाँ, पिछले बार भी जदों भाई गुरबख्श जी ने भुख हड़ताल रखी सी तां साडी पूरी टीम उत्थे मौजूद सी, इस बार भी पूरी सपोर्ट ते आ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਮੀਟਿੰਗ ਬਾਰੇ ਜਾਂ ਭਾਈ ਸਾਹਿਬ ਜੀ ਦੇ ਸੰਘਰਸ਼ ਬਾਰੇ ਆਪ ਜੀ ਨੂੰ ਕਾਫੀ ਜਾਣਕਾਰੀ ਮਿਲ ਚੁੱਕੀ ਹੈ। ਮੈਂ ਬਹੁਤਾ ਟਾਈਮ ਨਾ ਲੈਂਦਾ ਹੋਇਆ ਸਿਰਫ ਇੱਕੋ ਹੀ ਸਟੇਟਮੈਂਟ ਕਹਾਂਗਾ ਕਿ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਜੱਥੀਆਂ ਬੰਦੀਆਂ ਦੇ ਨਾਲ ਖੜੀ ਹੈ ਅਤੇ ਭਾਈ ਸਾਹਿਬ ਦੇ ਸੰਘਰਸ਼ ਨੂੰ ਹਮਾਇਤ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾ ਸੋ ਸਾਧ ਸੰਗਤ ਜੀ, ਅੱਜ ਦਾ ਜੋ ਇਹ ਇਜਲਾਸ ਹੈ ਬੜੀ ਹੀ ਸਫਲਤਾ, ਬੜੇ ਹੀ ਪੋਜ਼ੀਟਿਵ ਐਟਮੋਸਫੀਅਰ ਦੇ ਵਿੱਚ ਇਹ ਹੋਇਆ। ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਦੱਸਿਆ ਗਿਆ, ਸਾਰੀਆਂ ਹੀ ਸਿਡਨੀ ਦੀਆਂ ਸਮੂਹ ਜਥੇਬੰਦੀਆਂ, ਅਖੰਡ ਕੀਰਤਨੀ ਜਥਾ ਦਮਦਮੀ ਟਕਸਾਲ ਆਸਟ੍ਰੇਲੀਆ, ਸਿੱਖ ਸਟੂਡੈਂਟ ਫੈਡਰੇਸ਼ਨ ਆਸਟ੍ਰੇਲੀਆ, ਗੁਰਦੁਆਰਾ ਸਾਹਿਬ ਪਾਰਕਲੀ, ਗੁਰਦੁਆਰਾ ਸਾਹਿਬ ਰਵਿਸਬੀ, ਗੁਰਦੁਆਰਾ ਸਾਹਿਬ ਤਾਰਾਮਾਰਾ, ਇਹਨਾਂ ਸਾਰੀਆਂ ਹੀ ਔਰਗਨਾਈਜੇਸ਼ਨਸ ਨੇ ਸਿੱਖ ਯੂਥ ਆਫ ਆਸਟ੍ਰੇਲੀਆ ਵਾਲਿਆਂ ਨੇ ਇਹ ਪ੍ਰਣ ਕੀਤਾ ਹੈ ਕਿ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਵਿੱਚ ਉਹ ਆਪਣਾ ਜੋ ਯੋਗਦਾਨ ਹੈ ਉਹ ਪਾਉਣਗੇ, ਨਾਲ ਹੀ ਜੋ ਸਾਡੇ ਵਿੱਚ ਏਜੰਸੀਆਂ ਵੱਲੋਂ ਮੁੱਦੇ ਜੋ ਪਾ ਦਿੱਤੇ ਜਾਂਦੇ ਹਨ, ਸਾਡੇ ਜੋ ਫੁੱਟ ਦਾ ਕਾਰਨ ਬਣਦੇ ਹਨ, ਸਾਰੀਆਂ ਹੀ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਉਹਨਾਂ ਦਾ ਜੋ ਯੋਧਾਂ ਦਾ ਜੋ ਰਿਜ਼ਲਟ ਹੈ ਜਾਂ ਉਹਨਾਂ ਦੇ ਉੱਤੇ ਉਹਨਾਂ ਮਸਲਿਆਂ 'ਤੇ ਕੀ ਕਰਨਾ ਹੈ ਉਹ ਜੋ ਸਾਡੀ ਸੁਪਰੀਮ ਬੋਡੀ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਦੇ ਉੱਤੇ ਛੱਡਤਾ ਜਾਏਗਾ। ਜਦੋਂ ਉੱਥੋਂ ਫੈਸਲਾ ਆ ਜਾਏਗਾ ਸਾਰਾ ਹੀ ਪੰਥ ਉਹਨਾਂ ਨੂੰ ਮੰਨ ਲਏਗਾ। ਸੋ ਨਾਲ ਹੀ ਅਸੀਂ ਅੱਜ ਸਿੱਖ ਚੈਨਲ ਦੇ ਰਾਹੀਂ, ਬਾਕੀ ਹੋਰ ਮੀਡੀਆ ਦੇ ਰਾਹੀਂ, ਆਸਟ੍ਰੇਲੀਆ ਦੀਆਂ ਸਮੂਹ ਦੁਨੀਆ ਦੀਆਂ ਸਾਰੀਆਂ ਹੀ ਸਿੱਖ ਜਥੇਬੰਦੀਆਂ, ਸਾਰੀਆਂ ਹੀ ਸਟੇਟਾਂ ਨੂੰ, ਸਾਰੇ ਹੀ ਸਿਟੀਜ਼ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਭਾਈ ਸਾਹਿਬ ਦੇ ਸੰਘਰਸ਼ ਵਿੱਚ ਜੋ ਵਿਦੇਸ਼ਾਂ ਵਿੱਚ ਭੁੱਖ ਹੜਤਾਲ ਕਰਨ ਦਾ ਜੋ ਪ੍ਰੋਗਰਾਮ ਸੀ ਉਹ ਗੁਰਦੁਆਰਾ ਸਾਹਿਬ ਰਵਿਸਬੀ ਤੋਂ ਸ਼ੁਰੂ ਹੋਇਆ ਸੀ ਅਤੇ ਬੜੀ ਹੀ ਸਫਲਤਾ ਦੇ ਨਾਲ ਇਹ ਜੋ ਭੁੱਖ ਹੜਤਾਲ ਹੈ ਇਸ ਸਥਾਨ 'ਤੇ ਚੱਲ ਰਹੀ ਹੈ। ਹਰ ਰੋਜ਼ ਸਾਡੇ ਵਿੱਚੋਂ ਇੱਕ ਸਿੰਘ ਹੈ ਉਹ ਇੱਥੇ ਭੁੱਖ ਹੜਤਾਲ 'ਤੇ ਬੈਠਦਾ ਹੈ। ਉਸੇ ਹੀ ਤਰਜ਼ 'ਤੇ ਸਮੂਹ ਜਥੇਬੰਦੀਆਂ ਦੀ ਪੰਥਕ ਏਕਤਾ ਦਾ ਜੋ ਮੈਸੇਜ ਹੈ ਉਹ ਵੀ ਇਸ ਸਥਾਨ ਤੋਂ ਅੱਜ ਸਮੂਹ ਖਾਲਸਾ ਪੰਥ ਨੂੰ, ਸਾਰੀ ਹੀ ਦੁਨੀਆਂ 'ਚ ਰਹਿੰਦੀ ਸੰਗਤ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਰੇ ਹੀ ਇਕੱਠੇ ਹੋ ਜਾਓ। ਪੰਥ ਨੂੰ ਲੋੜ ਹੈ ਇਸ ਵੇਲੇ ਇਕੱਠੇ ਹੋਣ ਦੀ। ਜੇ ਅਸੀਂ ਇਕੱਠੇ ਹੋ ਗਏ ਜੋ ਖਾਲਸਾ ਰਾਜ ਹੈ ਉਹ ਜ਼ਰੂਰ ਅਤੇ ਜ਼ਰੂਰ ਸਾਡੇ ਕੋਲ ਪਹੁੰਚੇਗਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ, ਸਾਰੀਆਂ ਇਹ ਜਥੇਬੰਦੀਆਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਸੋ ਨਾਲ ਹੀ ਇੱਕ ਦੋ ਹੋਰ ਜੋ ਸੂਚਨਾਵਾਂ ਹਨ, ਜੋ ਆਉਣ ਵਾਲੇ ਪ੍ਰੋਗਰਾਮ ਹਨ ਉਸ ਵਿੱਚ
जो खालसा कैंप हर साल की तरह है वो इस संस्था ऑस्ट्रेलिया में लग रहा है जो कि 9 जनवरी तो लैके 12 जनवरी तक होएगा। सो जो पोस्टर है वो बाहर नोटिस बोर्ड पर लगा दिता जाएगा। जिन्होंने भी रजिस्ट्रेशन करवाया ने वह रिस्पैक्टेड बंद मिल सकते हैं। उस तो अलावा पिछले 2 दिनों तो इस स्थान पर बेनती की गई सी आवश्यकता के चरणों के ऑस्ट्रेलिया के जो फार्मर्स ने जो कि पिछले कई सालों तो ड्रॉट का सामना कर रहे हैं जो सुखे का सामना कर उन्हों की जो फाइनैशियल कंडीशनस ने जो फैमिली कंडीशन बहुत खराब हो गई सी। सो उन्होंने इस औखे समय के असी इतने बेनती कीतियां सी कि जो भी आप जी योगदान पा सको जरूर पाओ। तो तकरीबन 1 ट्रक भर के साढ़े को ड्राई फ्रूट्स का ज होर सुखा जो समान है टीन फूड्स है वह जमा हो गया सी। तो जो सिडनी यूनिवर्सिटी के सिंह हैं वो जाके अज वो जो सारा समान है उन्होंने सारे ही फार्मर्स के कोल पहुँचाए हैं। उन्होंने वालों आप सारी संगत आ जिन्होंने इस विच योगदान पाया बहुत बहुत धन्यवाद। आप आई सारी संगत का धन्यवाद। फतेह बुलाओ, वाहिगुरू जी का खालसा, वाहिगुरू जी की फतेह।